ਤਾਂ ਦੱਸ ਦੇ ਕਿ ਪੁਲਿਸ ਕਰਮੀਆਂ ਦੇ ਉੱਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ, ਜਿਸ ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦਾ ਜੀ ਜਦ ਬਾਈਕ 'ਤੇ ਜਾ ਰਿਹਾ ਸੀ ਤਾਂ ਪੁਲਿਸ ਕਰਮੀਆਂ ਦੇ ਵੱਲੋਂ ਪਹਿਲਾਂ ਤਾਂ ਉਸਦੇ ਵਿੱਚ ਗੱਡੀ ਮਾਰੀ ਗਈ, ਜਿਸ ਤੋਂ ਬਾਅਦ ਇਹਨਾਂ ਦੀ ਬਹਿਸ ਹੋ ਜਾਂਦੀ ਹੈ ਅਤੇ ਗਲਾ ਘੋਟ ਕੇ ਉਸਦੀ ਜਾਨ ਲੈ ਲਈ ਜਾਂਦੀ ਹੈ। ਤਾਂ ਗੁੱਸੇ ਦੇ ਵਿੱਚ ਆ ਕੇ ਪਰਿਵਾਰ ਦੇ ਵੱਲੋਂ ਥਾਣੇ ਦੇ ਬਾਹਰ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ। ਤਾਂ ਦੱਸ ਦੇ ਕਿ ਮਾਮਲਾ ਮੋਗਾ ਤੋਂ ਸਾਹਮਣੇ ਆਇਆ, ਜਿੱਥੇ ਪਰਿਵਾਰ ਦੇ ਵੱਲੋਂ 3 ਘੰਟੇ ਤੱਕ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਦੀ ਸਹਿਮਤੀ ਬਣਦੀ ਹੈ ਅਤੇ ਉਸਦਾ ਪੋਸਟਮਾਰਟਮ ਕਰਵਾਇਆ ਜਾਂਦਾ ਹੈ। ਤਾਂ ਵੱਡੇ ਇਲਜ਼ਾਮ ਨੇ ਜਿਹੜੇ ਕਿ ਪਰਿਵਾਰ ਦੇ ਵੱਲੋਂ ਪੁਲਿਸ ਕਰਮੀਆਂ 'ਤੇ ਲਗਾਏ ਗਏ ਨੇ। ਤਾਂ ਉਹਨਾਂ ਦੱਸਿਆ, ਜਦ ਮ੍ਰਿਤਕ ਸ਼ਖਸ ਬਾਈਕ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਉਸਦੇ ਵਿੱਚ ਪਹਿਲਾਂ ਗੱਡੀ ਮਾਰੀ, ਜਿਸ ਤੋਂ ਬਾਅਦ ਜਦੋਂ ਉਹ ਉਤਰ ਕੇ ਉਸਦੇ ਨਾਲ ਗੱਲਬਾਤ ਕਰਦਾ ਹੈ ਤਾਂ ਪੁਲਿਸ ਕਰਮੀਆਂ ਦੇ ਵੱਲੋਂ ਉਸਦੇ ਨਾਲ ਬਹਿਸ ਕੀਤੀ ਜਾਂਦੀ ਹੈ। ਤਾਂ ਬਹਿਸ ਇੰਨੀ ਵੱਧ ਜਾਂਦੀ ਹੈ ਕਿ ਉਹਨਾਂ ਦੇ ਵੱਲੋਂ ਉਸਦਾ ਗਲਾ ਘੋਟ ਦਿੱਤਾ ਜਾਂਦਾ ਹੈ ਅਤੇ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਇਹ ਪਰਿਵਾਰਕ ਮੈਂਬਰ ਗੁੱਸੇ ਦੇ ਵਿੱਚ ਆ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਕਰੀਬ 3 ਘੰਟੇ ਤੱਕ ਲਾਸ਼ ਨੂੰ ਥਾਣੇ ਦੇ ਬਾਹਰ ਰੱਖ ਕੇ ਵੱਡਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਅਤੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾਂਦੀ ਹੈ। ਤਾਂ ਮੌਕੇ 'ਤੇ ਪੁਲਿਸ ਦੇ ਵੱਡੇ ਅਧਿਕਾਰੀ ਵੀ ਪਹੁੰਚਦੇ ਨੇ ਅਤੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਹੈ, ਜਿਸ ਤੋਂ ਬਾਅਦ ਹੁਣ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਕਿ ਆਖਿਰ ਇਸ ਦੀ ਮੌਤ ਦੇ ਪਿੱਛੇ ਕੀ ਕਾਰਨ ਸੀ। ਘਟਨਾ ਵਾਪਰੀ ਜੀ, ਮੈਂ ਤੇ ਮੇਰਾ ਚਾਚੇ ਦਾ ਮੁੰਡਾ ਕਜ਼ਨ ਬ੍ਰਦਰ, ਅਸੀਂ ਆਪਣੇ ਸਹੁਰਿਆਂ ਤੇ ਜਾ ਰਹੇ। ਕੀ ਨਾਮ ਸੀ ਉਹਦਾ? ਵਿਜੇ ਕੁਮਾਰ ਜੀ, ਜਿਹਦੀ ਡੈਥ ਹੋਈ ਆ ਉਸ ਬੰਦੇ ਦਾ ਨਾਮ ਵਿਜੇ ਕੁਮਾਰ ਆ। ਅਸੀਂ ਆਪਣੇ ਸਹੁਰਿਆਂ ਤੇ ਜਾ ਰਹੇ ਸੀਗੇ, ਅਸੀਂ ਉਹਦੇ ਬੇੜੀ ਨਾ ਮਿਲਣ ਦੇ ਕਰਕੇ ਵਾਪਸੀ ਆ ਰਹੇ ਤੇ ਸਾਡੇ ਅੱਗੇ ਲਿਆ ਕੇ ਉਹਨੇ ਗੱਡੀ ਮਾਰੀ ਮੁਲਾਜ਼ਮ ਨੇ। ਕਿੱਥੋਂ ਦੇ ਮੁਲਾਜ਼ਮ ਸੀਗੇ? ਗੁਰਪ੍ਰਤਾਪ ਸਿੰਘ ਉਹਦਾ ਨਾਂ ਤੇ ਨਾਲ ਇੱਕ ਤਰਸੇਬ ਸਿੰਘ ਆ, ਜੋਗੇ ਠਾਣੇ ਦੇ ਆ। ਇਸ ਟਾਈਮ ਤੇ ਉਸਨੇ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਗੱਡੀ ਦੇ ਕੋਲ ਮਾਰ ਕੇ ਸਾਡੇ ਨਾਲ ਕੁੱਟਮਾਰ ਕਰਨ ਤੋਂ ਸ਼ੁਰੂ ਬਾਅਦ ਉਸ ਵਿਜੇ ਕੁਮਾਰ ਦਾ ਗਲਾ ਘੁੱਟਿਆ ਨੇ ਤੇ ਮੈਂ ਜਾ ਕੇ ਛੁਡਾਉਣ ਗਿਆ। ਛੁਡਾ ਕੇ ਉਸਨੇ ਜਦੋਂ ਛੱਡਿਆ ਗਲਾ ਉਹਦਾ, ਠੀਕ ਹੈ ਜੀ, ਗਲੇ ਛੱਡਣ ਦੇ ਸਾਰ ਹੀ ਉਹ ਮੂੰਹ ਭਰ ਸੜਕ 'ਤੇ ਆਣ ਕੇ ਡਿੱਗ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਗਲਾ ਕਦੇ ਨਾਲ ਘੁੱਟਿਆ? ਗਲਾ ਉਸਨੇ ਪਰਨਾ ਸੀ ਉਹਦੇ ਗਲ ਦੇ ਵਿੱਚ, ਮੇਰੇ ਬ੍ਰਦਰ ਦੇ, ਉਸ ਪਰਨੇ ਦੇ ਨਾਲ ਹੀ ਗਲਾ ਘੁੱਟਦਾ ਉਹਦਾ। ਕਿੰਨੇ ਵਜੇ ਦੀ ਘਟਨਾ? ਇਹ 1:30 ਦੇ ਵਿੱਚ ਘਟਨਾ ਜੀ। ਅਤੇ ਉਸਨੇ ਬਾਅਦ ਵਿੱਚ ਮੇਰੇ ਵੀ ਗਲ ਪਿਆ, ਮੇਰੇ ਵੀ ਗਲ ਦੇ ਵਿੱਚ ਪਰਨਾ ਪਾ ਗਏ, ਮੇਰੇ ਵੀ ਨੀਲ ਪਾਏ ਸਿਰ ਦੇ ਵਿੱਚ, ਮੇਰੇ ਵੀ ਸੱਟਾਂ ਮਾਰੀਆਂ ਉਸ ਬੰਦੇ ਨੇ। ਮਸਾਂ ਤਰਸ ਨਹੀਂ ਕੀਤਾ ਜੀ ਉਹ ਬੰਦੇ ਨੇ। ਅਤੇ ਅਸੀਂ ਇੱਕੋ ਗੱਲ ਕਹਿੰਦੇ ਹਾਂ, ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ। ਇਹ ਬੜਾ ਮੰਦਭਾਗਾ ਜਿਹਾ ਕੰਮ ਹੋਇਆ। ਇੱਕ ਬੰਦਾ ਆਪਦੇ ਸਹੁਰੇ ਜਾ ਰਿਹਾ ਸੀ, ਨਾਲ ਉਹਦਾ ਬਾਪ ਸੀ, ਚਾਚੇ ਦਾ ਮੁੰਡਾ ਸੀ, ਮੋਟਰਸਾਈਕਲ 'ਤੇ ਜਾ ਰਹੇ ਸੀ। ਜੋਗੇਵਾਲ ਦੀ ਪੁਲਿਸ ਦੱਸਦੇ ਆ, ਮਖੂ ਦੀ ਪੁਲਿਸ ਦੱਸਦੇ ਆ ਕੇ ਉਹਦੇ 'ਚ ਮਾਰ ਕੇ ਗੱਡੀ ਉਹਨੂੰ ਉੱਥੋਂ ਧੂ ਕੇ ਉਹਦੇ ਗਲ 'ਚ ਪਰਨਾ ਪਾ ਕੇ ਉਹਨੂੰ ਧੂਈ ਫਿਰਦੇ ਰਹੇ। ਉਹਦਾ ਇੰਨੀ ਜ਼ੋਰ ਦੀ ਗਲ ਘੁੱਟਿਆ ਕਿ ਉਹਦੀ ਥਾਂ 'ਤੇ ਮੌਤ ਹੋ ਗਈ। ਇਹ ਕਿਹੜਾ ਇਨਸਾਫ ਆ, ਕਿਹੜਾ ਰਾਜ ਆ ਜਿੱਥੇ ਆਹ ਹਾਲਾਤ ਪੈਦਾ ਹੋ ਗਿਆ? ਸੋ ਮੈਨੂੰ ਤਾਂ ਕਿਸੇ ਨੇ ਇਹ ਵੀ ਦੱਸਿਆ ਵੀ ਜਿਹੜੇ ਪੁਲਿਸ ਵਾਲੇ ਨੇ ਇਹ ਕੰਮ ਕੀਤਾ ਉਹ ਆਪ ਬਹੁਤ ਨਸ਼ੇ ਦਾ ਆਦੀ ਹੈ। ਸੋ ਕਿਤੇ ਨਾ ਕਿਤੇ ਅਸੀਂ ਸਾਰਾ ਸਾਡਾ ਸਮਾਜ ਅੱਜ ਇਕੱਠਾ ਹੋਇਆ ਵਾ, ਓਨੀ ਦੇਰ ਅਸੀਂ ਇਹ ਧਰਨਾ ਚੱਕਣਾ ਨਹੀਂ ਜਿੰਨੀ ਦੇਰ ਸਾਨੂੰ ਇਨਸਾਫ ਨਹੀਂ ਮਿਲਦਾ, ਉਹ ਬੰਦੇ ਫੜ ਕੇ ਅੰਦਰ ਨਹੀਂ ਦਿੱਤੇ ਜਾਂਦੇ। ਇਹ ਵਿਜੇ ਕੁਮਾਰ ਪੁੱਤਰ ਬਲਕਾਰ ਸਿੰਘ ਵਾਸੀ ਫਤਿਹਗੜ੍ਹ ਭਾਈ ਤੂਰ ਦੀ ਕੱਲ੍ਹ ਮੌਤ ਹੋ ਗਈ ਸੀ। ਉਹ ਲੋਕ ਕਹਿ ਰਹੇ ਸੀ, ਪਹਿਲਾਂ ਸ਼ੱਕ ਜ਼ਾਹਰ ਕਰਦੇ ਸੀ ਵੀ ਥਾਣਾ ਜੋਗੇਵਾਲੇ ਦੇ ਪੁਲਿਸ ਮੁਲਾਜ਼ਮਾਂ ਦੀ ਸਵਿਫਟ ਕਾਰ ਇਹਨਾਂ ਦੇ ਮੋਟਰਸਾਈਕਲ ਨਾਲ ਟਕਰਾਉਣ ਕਰਕੇ ਇਹਦੀ ਡੈਥ ਹੋਈ ਆ। ਬਾਅਦ ਜਦੋਂ ਉਹਨਾਂ ਨੂੰ ਕਲੀਅਰ ਹੋ ਗਈ ਗੱਲ, ਫਿਰ ਉਹਨਾਂ ਦੇ ਬਿਆਨ 'ਤੇ 174 ਦੀ ਕਾਰਵਾਈ ਕੀਤੀ ਹੈ ਵੀ ਮੋਟਰਸਾਈਕਲ ਅਚਾਨਕ ਡਿੱਗਣ ਕਾਰਨ ਜਿਹੜਾ ਸੜਕ 'ਤੇ ਵਜਨ ਕਰਕੇ ਇਹਦਾ ਫੇਸ 'ਤੇ ਇਹਦੀ ਮੌਤ ਹੋ ਗਈ ਹੈ ਮੁੰਡੇ ਵਿਜੇ ਕੁਮਾਰ ਦੀ। ਕਾਫੀ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਉਹਨਾਂ ਨੂੰ ਥਾਣੇ 'ਚ ਧਰਨਾ ਵੀ ਲਾਇਆ ਗਿਆ ਸੀ। ਬਿਲਕੁਲ ਬਿਲਕੁਲ, ਕੱਲ੍ਹ ਧਰਨਾ ਲਾਇਆ ਸੀ, ਰੋਸ ਪ੍ਰਗਟ ਕੀਤਾ ਸੀ, ਕਿਉਂਕਿ ਕਈ ਵਾਰ ਅਫਵਾਹ ਫੈਲ ਜਾਂਦੀ ਹੈ, ਲੋਕ ਬਿਨਾਂ ਮਤਲਬ ਪੜਤਾਲ ਕੀਤੇ ਤੋਂ ਵਿੱਚ ਰਲ ਜਾਂਦੇ ਆ ਧਰਨੇ ਦੇ। ਜਦੋਂ ਉਹਨਾਂ ਨੇ ਪੜਤਾਲ ਕੀਤੀ ਵੀ ਮੋਟਰਸਾਈਕਲ ਡਿੱਗਣ ਕਾਰਨ ਹੀ ਇਹਦੀ ਡੈਥ ਹੋਈ ਆ,
ਫਿਰ ਉਹਨਾਂ ਨੇ ਬਿਆਨ ਲਿਖਾਤੇ ਸੀ ਜਿਹਦੇ ਆਧਾਰ 'ਤੇ 176 CRPC ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਡੈੱਡ ਬੋਡੀ ਜਿਹੜੀ ਹੈਗੀ ਵਾਰਸਾਂ ਦੇ ਹਵਾਲੇ ਕਰਤੀ ਹੈ।